ਤੁਹਾਡਾ ਪੁੱਛਿਆ ਸ਼ਫਾ ਸ਼ਫਾ ਬਿਲਕੁਲ ਜਾਵਨ ਕਿਸੇ ਗਲ ਉਥਾਰ ਕਿਸੇ ਨੂੰ ਸ਼ਫਾ ਨਹੀਂ ਕੋਈ ਮੁਨਤੀਖੇ ਵੀ ਹੋਣੀਆਂ ਹਨ ਪਰ ਇਥੇ ਹਰ ਕਿਸਮ ਦਾ ਸ਼ਫਾ ਹੈ ਵਾਹ ਦਸਤੀ ਹੈ ਸੱਚਾ ਕੁਸਵਾਰੀ ਤੂ ਆਏ ਡਟਿਆਲ ਸੱਚ ਹੋ ਰੇ ਤਰ ਕੈਮਰਾ ਮਾਰੋ ਜਿੱਥੇ ਮਰਜ਼ੀ ਬੈ ਕੇ ਸਰਕਾਰ ਦੀ ਨਿਗਰਾਨੀ ਕਰ ਸਕਣ ਹੋਏ ਰਹਿਮ ਕੀ ਮਸਜਦ RAM ਦਾ ਮੰਦਰ ਡੋਬ ਰਹਾ ਹੈ ਇਹ ਭਾਈ ਨੇ ਫਰਮਾਇਸ਼ ਕੀਤੀ ਵੀ ਇਸ ਹਾਲ ਨਾਲ ਅੱਜ ਤੁਮੇ ਡੈਬ ਚੜਿਆ ਹੈ ਨਾ ਉਦੋਂ ਅਸਾਂ ਸਰਕਾਰ ਅਨਾਦ ਕੀਤੀ ਸੀ ਕਿ ਉਹ ਆਪੋ ਪਰਦਾ ਫਰਮਾ ਕੇ ਸਈਦ ਮਾਸੂਮ ਸ਼ਾਹ ਜ਼ਿੰਦਾ ਸਰਕਾਰ रहीम की मस्जिद राम का मंदिर डूब रहा है तेरा मेरा उधर ही मारूना नहीं तेरा मेरा सब का घर डूब रहा है लम्बा लम्बा डैम के गहरे पानी में एक जिंदा तहजीब का घर डूब रहा है बेघर राही तक रहे हैं अबो जिदाद की कब्रे कब्रेन डर दोबार डूब रहा है मीरा गाजी ख्वाजा खिजर की यारी मुबारक हो हमसे कोई गलती हुई तो माफ़ करना साथ तुम्हारे तुम्हारा शहर डूब बाग ने हिफ्जो अमान भी चोसो मियां मलक वकास ऑफिशियल तो अपना फैमिली यूट्यूब चैनल वकास ऑफिशियल नाल ई लागस जैसा कि तुम सारे की मालूम हो सी के इस टाइम अस मौजूद हाँ पुराने मिरपर अंदर पुराने मिरपर अंदर अस मौजूद हाँ मियाँ मीर सरकार ने दरबार पर और जड़े इस टाइम असल भाई और मौजूद ना इन्हों ने बाप दादा जड़े इस जगह रहने रहे और इन्ना की इस चीज़ ने पूरी हिस्ट्री ने बारे बिजली इलम हो सी तो इन को थोड़ी बहुत मालूम है इस दरबार ने अंदर और इस कब्रस्तान ਵਗਾਰੇ ਨੇ ਸਾਰੇ ਏਰੀਆ ਨੇ ਬਾਰੇ ਵਿੱਚ ਉਹ ਇਹਨਾਂ ਕੋਲ ਥੋੜੀ ਜੀ ਇਨਫਾਰਮੇਸ਼ਨ ਕਿੰਨੇ ਆ ਸਾ ਤਾ ਆਉ ਤੁਸੀਂ ਕਿ ਇਹਨਾਂ ਨਾਲ ਮਿਲਾਨੇ ਸਭ ਤੋਂ ਪਹਿਲੇ ਇਹਨਾਂ ਨੂੰ ਅਸਲਾਮ ਅਲੈਕੁਮ ਕਰਨੇ ਆ ਅਸਲਾਮ ਅਲੈਕੁਮ ਵੈਲਕਮ ਸਲਾਮ ਜੀ ਸਰ ਤੁਸੀਂ ਇਸ ਜਗ੍ਹਾ ਨੇ ਰਹਿਣਾ ਲਿਓ ਜੀ ਅਸੀਂ ਇੱਥੇ ਰਹਿਣਾ ਮਿਰਪੁਰ ਸਾਹਿਬ ਤੇ ਇਸ ਬੈਕ ਸਾਈਡ ਪਰ ਜਿਹੜਾ ਪਿਛਾ ਸਾ ਤੱਕ ਹੀ ਸਕਨੇ ਆ ਦਰਬਾਰ ਹੈ ਇਸ ਦਰਬਾਰ ਨੇ ਬਾਰੇ ਸਾਰੇ ਵਿਊਅਰਜ਼ ਕੀ ਕੁਝ ਥੋੜਾ ਜਿਹਾ ਇਨਫਾਰਮੇਸ਼ਨ ਦੇ ਸੋ ਕਿ ਇਹ ਪੀਰ ਹੋਰ ਕੀਆ ਇਸ ਦਰਬਾਰ ਨਾਲ ਨਾਮ ਮਸ਼ਹੂਰ ਹੋਇਆ ਮਿਰਪੁਰ ਤੇ ਇਹ ਪੀਰ ਹੋਰ ਕਿਹੜੀ ਜਗ੍ਹਾ ਨੇ ਸਨ ਔਰ ਸਾਰੇ ਇਸ ਚੀਜ਼ ਨੇ ਬਾਰੇ ਥ ਜਿੱਤਰਾ ਨਿਕਰਾ ਸਰ ਨਾਲਜ ਆ ਭਾਈ ਜੀ ਕਿ ਦਰਬਾਰਾ ਨਾ حضرت ਬਾਬਾ ਮੀਰਾ ਮੀਰ ਨਵਾਬ ਗਾਜ਼ੀ ਬਾਦਸ਼ਾ ਜੀ ਬਿਲਕੁਲ ਤਵਜਾ ਤਸਲੀਮੀਆਂ ਮੀਰਪੁਰ ਇਹਨਾਂ ਨਾਂ ਤੋਂ ਹੋਇਆ ਮੀਰਪੁਰ ਜੜਾਈ ਨਾਂ ਤੋਂ ਬਣਦਾ ਏ ਠੀਕ ਹੈ ਐ ਸਰਕਾਰ ਨਾ ਹੁਜਰਾ ਮੁਬਾਰਕ ਹੈ ਇਹਨਾਂ ਬਾਬੇ ਹੋਣਾ ਠੀਕ ਹੈ ਇੱਕ ਕਬਰਸਤਾਨ ਨਾ ਸਰਕਾਰ ਜਿੱਥੇ ਤੁਸੀਂ ਅੱਦੇ ਨਗਾਹ ਜਾਣੀ ਨੀਥੇ ਉਸ ਨੂੰ ਨਜ਼ਰ ਆਮ ਲਗੇ ਕਬਰਾਂ ਐਸਾ ਅਪੀਸਾ ਕਰੋ ਜਨਵਾਰ ਸੇ ਨਜ਼ਰ ਆਮ ਲਗੇ ਇਹ ਸਾਰਾ ਕਬਰਸਤਾਨ ਹੈ ਮੀਰ ਇਹਸਨ ਦਾ ਪੂਰੀ ਹੈ ਸਾਹਮਣੇ ਮੰਦਰ ਹੈ ਜਿਹੜਾ ਅੱਛਾ ਇਹਨਾਂ ਨਾਂ ਸੀ ਪੂਰੀ ਇਹ ਮੀਰ ਮੀਰਪੁਰ ਬਣਦਾ ਜਾਗਰ ਠੀਕ ਹੈ ਅਨੇਚੇ ਵਿੱਚ बावਲੀ ਚਲੀ ਗਿਆ ਇਹ ਲੰਗਰ ਖਾਨਾ ਸਰਕਾਰ ਦਾ ਅਸਲੀ ਗੇਟ ਮੈਨ ਦਰਵਾਜ਼ਾ ਉਹ ਆਪਸੇ ਆਣਾ ਮਤਲਬ ਹੈ ਜੇ ਅ ਆਉਣਾ ਚਾਹੋ ਐਂਟਰੀ ਅੱਛਾ ਉਹ ਐਂਟਰੀ ਸੇ ਸਰਕਾਰ ਉਥੋਂ ਅੰਦਰ ਇਹਨਾਂ ਨੇ ਸੰਗੇ ਹੁਜਰੇ ਮੁਬਾਰਕ ਆ ਆਓ ਥੋੜੇ ਜੱਗ੍ਹਾ ਹੁਜਰੇ ਮੁਬਾਰਕ ਨੇ ਕੋਲ ਜੁਲੇ ਆਂ ਔਰ ਉਸਨੇ ਅੰਦਰ ਨਾ ਵਿਊਜ਼ ਵੀ ਚੈੱਕ ਕਰ ਲਈ ਜਿਹੜਾ ਬਜਟ ਜਿਹਨੇ ਮਸ਼ਹੂਰ ਆਇਤਾ ਹੈ ਅੱਛਾ ਉਹ ਐ ਕੁਝ ਥਾ ਕਰਾ ਐ ਸਭ ਚੱਕਰਾ ਸਾਰਾ ਸਰਕਾਰ ਨਾ ਐ ਕਬਰਸਤਾਨ ਹਨ ਕਵਰਾਵਨ ਕੋ ਬੰਦੇ ਆਪਣੀ ਮਦਦ ਆਪ ਬਲਾ ਜਾਂ ਕਿਸ ਤਰ੍ਹਾਂ ਆਉਣੇ ਮਨ ਫੰਡ ਘਾਟਾ ਕਰਨ ਨੇ ਕਿਆ ਕਰਨ ਨੇ ਅਸਨੇ ਸੇ ਚੀਜ਼ ਨਾਲ कोई कोई गलम नहीं सामने अपनी हाजरी सरकार ने हाजरी देकर टुरका दे दे। लग जाए जितनी ड्यूटी कराई असलों असन कीती है, है। बाकी अपनी रब मर्जी ना ड्यूटी होनी है बगैर बगैर वली ने कोई नहीं कर सकना बिल्कुल ऐसे दरबार है इतना हर किसमें पूछा शफा वली कोल जाए किसा को हर किसम शफा होनी है मुंतख भी होनी वन पर इत हर किसम जवाब है वह दसती है सोचा कुवारी तुम आओ डाल सोचो तरफ कैमरा मारो ਜਿਥੋਂ ਮਰਜੀ ਬੈ ਕੇ ਸਰਕਾਰ ਇੰਤਜ਼ਾਰ ਕਰ ਸਕਣੇ ਹੋਏ ਇਹ ਵੈਸੇ ਅਸੀਂ ਜਨਮੀਰਾ ਨਵਾਬ ਗਾਜ਼ੀ ਬਾਦਸ਼ਾਹ ਲਕਬ ਤੱਕ ਸਰਕਾਰ ਅਮੀਰਾ ਵੀ ਹੈ ਨਵਾਬ ਵੀ ਹੈ ਗਾਜ਼ੀ ਬਾਡੀ ਤਾਂ ਸਾਦੇ ਵੀ ਹੈ ਤਾਂ ਹਾਜ਼ਰ ਵੀ ਹੈ ਜੇ ਉਹਨਾਂ ਵਾਰੀ ਲੋਕਾਂ ਇਤਕਾਸ਼ ਹੋਣਾ ਜੀ ਇਹ ਦਰਬਾਰ ਹੈ ਨਾ ਦਰਬਾਰ ਪਰ ਤਕੱਦਸ ਉਸਨੂੰ ਬਮਾਲ ਹੈ ਉਸਨੇ ਨੁਕਸਾਨ ਹੋਣ ਲੱਗਿਆ ਹੈ ਫਾਇਦਾ ਉਸਨੇ ਲੱਗਿਆ ਹੋ ਤਾਂ ਬੇਅਦਬੀ ਕਰਨੇ ਪਏ ਉਹ ਗੰਦਗੀ ਬਣਾਉਣੇ ਪਏ ਸਫਾਈ ਕਰਨੇ ਪਏ ਦਰਬਾਰ ਆਓ ਦਰਬਾਰ ਕੋ ਲੈ ਕੇ ਜਾਓ ਇਹਨੇ ਜਿਹੜਾ ਕੁਝ ਹੈ ਉਹ ਵੀ ਥੈ ਰੋੜ ਕਾ ਜਾਓ ਤਾਂ ਅਕਸਰ ਹੀ ਤਾਂ ਬੰਦੇ ਰੋੜ ਕੇ ਜਾਣਨ ਤਾਂ ਫਿਰ ਆਪਨੇ ਅਸੀਂ ਲਭਾ ਕੁਝ ਨਹੀਂ ਬਕਾਇਆ ਥਾਓ ਇੱਕ ਅੱਖ ਇੱਕ ਅ ਤਕਣਾ ਪੈਣਾ ਤੇ ਖਾਲੀ ਆਪਸੀ ਹਾਲੀ ਜਾਸੀ ਦਰੋਪਗਪੜ ਕਾ ਆਉ ਤਾਂ ਕੋਈ ਲੈ ਕੇ ਜਾਓ ਬਕਾਇਆ ਵਲੀ ਕੁਝ ਵੀ ਨਹੀਂ ਖਾਣਾ ਤਾਂ ਕੋ ਜਾਣਾ ਸਾਂ ਦੇ ਸਾਂ ਦੇ ਗਾਈ ਤਾਂ ਗਾਵੇਂ ਮੋੜਨਾ ਸਾਨੂੰ ਲੱਗਿਆ ਹਮਨੇ ਹੋਣਿਆ ਬਕਾਇਆ ਇਹ ਸਰਕਾਰ ਹਾਜ਼ਰ ਹਨ ਜਿਹੜਾ ਖੜਨਾ ਪਿਆ ਉਹ ਤਾਂ ਕਰੇ ਜਿਹੜਾ ਆ ਰਿਹਾ ਤਾਂ ਕਰੇ ਨਹੀਂ ਤਾਂ ਨਸੀਬਾਂ ਲਈ ਹਮੜਾ ਪੂਰਾ ਸ਼ਹਿਰ ਹੈ ਮੇਰੇ ਕੋਲ ਬਸ ਬਿਹਤਰ ਸਮਝਣੋ ਪਾਈਦੀ ਮੇਰੇ ਨਾਲ ਬਿਹਤਰ ਅਸੀਂ ਦੁੱਖ ਲਗਣਾ ਭਾਈ ਅਸੀਂ ਤਾਂ ਬਚਪਨ ਗਜ਼ਾਰ ਕਾ ਗਏ ਆ ਵੱਲਾ ਆਲਮ ਠੀਕ ਆ ਔਰ ਸੇ ਕਰਾਣਾ ਰਿਹਾ ਇਹਨਾਂ ਨੂੰ ਔਰ ਹੋਣਾ ਹੈ 27 ਮਾਰਚ 3 ਮਾਰਚ ਪੀਰ ਭਵਨ ਸ਼ਾ ਸੂਫੀ ਅਬਦੁਲ ਕਰੀਮ ਸਰਕਾਰੋਂ ਪਰਾਂ ਦਰਬਾਰ ਸ਼ਰੀਫ ਮੰਦਰ ਨਾਲ ਠੀਕ ਉਥਾਣਾ ਵਾ 27 ਮਾਰਚ ਕੀ ਇਹਨਾਂ ਨੂੰ ਔਰ ਹੋਣਾ ਵਾ ਤਾਂ ਕੋਈ ਪਤਾ ਨਹੀਂ ਕਿਥੂ ਸਰਕਾਰ ਨੇ ਹਾਰਸ਼ ਆਪੂ ਹੀ ਤਾਂ ਆਵਣੀ ਟੁਰ ਗਈ ਇਹਦਾ ਬੰਦਾ ਕੋ ਨਹੀਂ ਆ ਗਿਆ ਇਸ ਤਰ੍ਹਾਂ ਜਿਹੜਾ ਇਥੇ ਡਿਊਟੀ ਦੇ ਆਇਆ ਤਾਂ ਮੈਂ ਇਲਤਜਾ ਕਰਨਾ ਅਗਰ ਕੋਈ ਪਿਆਰਾ ਤਾਂ ਕਰਿਆ ਕੋਈ ਅੱਲਾਹ ਨਾਲ ਚਾਹ ਨਾਲੇ ਨੇ ਮੰਨਣਾ ਲੈ ਇਹਨਾਂ ਨੂੰ ਡਿਊਟੀ ਦੇ ਇਥੂ ਹਾਰਸ਼ ਆ ਲੈ ਉਹ ਲੰਗਰ ਖਾਣੇ ਵਾਲੇ ਸਾਈ ਪਹਿਲੇ ਉਜਰਾ ਚੈੱਕ ਕਰੋ ਸਰਕਾਰੋਂ ये सरकारो ना हजरा मुबारक सी ए हजरा मुबारक सी थे इबादत वगैरह करने होने से 8 900 साल पुराना है पुराना ठीक होइगा 16 के साल से मैं गुजार रहा थोड़ा ने ने चेक कर ही सकनो इसने अंदर ना व्यू भी चेक कराओ थोड़ा 17 साल से मिश्ताक मरा एक होना सी का बंदा उस बाद ਇੱਕ ਗਲਾਈ ਹੋਣੀ ਸੀਗੀ ਆਸਾਂ ਫਿਰ ਦਵਾਰ ਮਾਰਗਾ ਨਾ ਅੱਜ ਤੂੰ ਤਕਰੀਬਨ ਬੇ 13 ਸਾਲ ਪਹਿਲੇ ਸਿੰਪਟਨ ਨੇ ਦੋ ਤੋੜੇ ਨਾਲੇ ਦਵਾਰ ਬਣਾਈ ਸੀ ਤਾਂ ਮੈਂ ਇਥੇ ਕੁਝ ਏਜੀ ਰੂੜੀ ਲੋਕਾਂ ਨੇ ਰੁੱਟ ਜਾਣੇ ਮਨ ਆ ਲੰਗਰ ਖਾਨਾ ਆ ਚੈੱਕ ਕਰੀ ਸਕਣੋਂ ਲੰਗਰ ਖਾਨਾ ਤਾਂ ਇਸਨੇ ਬਾਰੇ ਕੋਈ ਤੁਸਾਂ ਕੀ ਥੋੜੀ ਜੀ ਇਨਫਾਰਮੇਸ਼ਨ ਦੇਸੇ ਲੰਗਰ ਖਾਨੇ ਨੇ ਬਾਰੇ ਆਏ ਲੰਗਰ ਖਾਣਾ ਸਰਕਾਰ ਨਾਲ ਠੀਕ ਹੈ ਇਥੇ ਅਸਲ ਜਾਣੇ ਤਾਂ ਕੋਈ ਤਾਮੀਰ ਹੋਇਆ ਕੋਈ ਛੱਤ ਛਾਦੀ ਕਾਤ ਕਮਰਾ ਬਣ ਜਾ ਸਰਕਾਰ ਨਾਲ ਇਹਨਾਂ ਨਾਲ ਜਿਹੜਾ ਬੰਦਾ ਇਥੇ ਡਿਪਟੀ ਕੋਈ ਵੀ ਡਿਪਟੀ ਇਥੇ ਕਰ ਆ ਗਿਆ ਉਹ ਇਥੇ ਤੁਸਾ ਹੁਣ ਆਇਓ ਕੋਈ ਸੱਚਾ ਪਾਣੀ ਮੰਗੋ ਤੁਸਾਂ ਤਾਂ ਪਾਣੀ ਪੀਣ ਨਾਲ ਮੇਸਰ ਨਹੀਂ ਹੈ ਜੇਲਮ ਰੋੜੀ ਜਿੱਥੋਂ ਗਾਵਾਂ ਜਾ ਰਹੀਆਂ ਨੇ ਅਗਰ ਤੁਹਾਡਾ ਕੈਮਰਾ ਬੂਫ ਕਰ ਰਿਹਾ ਉਹ ਹਾਥੀ ਦਰਵਾਜ਼ਾ ਹੈ ਜਿਸ ਜਿੱਥੇ ਲੋਕ ਸਾਰੇ ਸਹੀ ਜਾਣਨੇ ਵੰਡੜੀ ਤਾਂ ਮੋਟੀ ਚੀਜ਼ਾਂ ਮਨ ਇੱਕ ਮੀਰਾ ਸਰਕਾਰ ਦਾ ਦਰਵਾਜ਼ਾ ਹੈ ਉਹ ਹਾਥੀ ਦਰਵਾਜ਼ਾ ਹੈ ਉਹ ਮੰਦਰ ਹੈ ਤੋ ਇਹ ਨਾ ਅਸਾਂ ਕੀ ਦਰਬਾਰ ਨਾ ਸਾਰਾ 뷰 ਚੈੱਕ ਕਰਾਇਆ ਇਸ ਤੋਂ ਬਾਅਦ ਅਸਾਂ ਜੁਲਸਾ ਪਾਰ ਮੰਦਰ ਵਾਲੀ ਸਾਈਡ ਔਰ ਮੰਦਰ ਨਾ ਸਾਰਾ 뷰 ਵੀ ਸਹੀ ਚੈੱਕ ਕਰ ਆਸਾਂ ਵੀਡੀਓ ਨਾਲ ਹੀ ਸਾਬੰਦ ਤੇ ਰਹੇ ਨੇ ਵੀਡੀਓ ਤੁਸਤੇ ਬਹੁਤ ਇਨਫੋਰਮੇਸ਼ਨ ਹੋਣ ਵਾਲੀ ਹੈ ਤਾਂ ਆਓ ਫਿਰ ਮੰਦਰ ਵਾਲੀ ਸਾਈਡ ਚੱਲਨੇ